ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮੈਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਸਾਡੀ ਬਗੀਚੀ ਦੇਖੋ ਆਏ ਪੱਠੇ ਆ ਸਰੋਂਾਂ ਸਰੋਂ ਤਾਂ ਹੁਣ ਜਿਹੜੀ ਪੱਕ ਚੁੱਕੀ ਆ ਤੇ ਇੱਥੇ ਜਿਹੜਾ ਪਹਿਲਾਂ ਅਸੀਂ ਗੰਡੇ ਲਾਏ ਸੀ ਉਹ ਹੋਏ ਨਹੀਂ ਸੀ ਹੁਣ ਫੇਰ ਦੁਬਾਰਾ ਜਿਹੜੀ ਪਨੀਰੀ ਲਾਈ ਆ ਡੈਡੀ ਨੇ ਆਏ ਆਲੂ ਸੀਗੇ ਗੋਭੀ ਆ ਕਾਫੀ ਲਾਈ ਹੋਈ ਆ ਤੇ ਆਲੂ ਜਿਹੜੇ ਥੋੜੇ ਜਿਹਾ ਪੱਟ ਲਿਆ ਕੁਛ ਆਹ ਜਿਹੜਾ ਤੁਸੀਂ ਥਾਂ ਦੇਖ ਰਹੇ ਇੱਥੇ ਵੀ ਆਲੂ ਸੀ ਇਹ ਪੱਟ ਕੇ ਇੱਥੇ ਗੰਡੇ ਹੋਰ ਲਾਤੇ ਪਿਆਜ਼ ਪਨੀਰੀ ਤੇ ਇਹ ਜਿਹੜੇ ਆਲੂ ਲਾਏ ਆ ਤੇ ਇਹ ਆਲੂ ਸਾਡੇ ਗਡੋਏ ਬਹੁਤ ਆ ਪਤਾ ਨਹੀਂ ਗੋਬਰ ਗੈਸ ਕਰਕੇ ਗਡੋਆ ਇੱਥੇ ਜਿਹੜਾ ਬਹੁਤ ਹੀ ਜ਼ਿਆਦਾ ਤੇ ਆਲੂਆਂ ਦੇ ਵਿੱਚ ਮੂਰੀਆਂ ਕਰ ਦਿੰਦੇ ਆ ਆਲੂ ਜਿਹੜੇ ਸਾਫ਼ ਨਹੀਂ ਹੁੰਦੇ ਤੇ ਵੈਸੇ ਵੀ ਮੋਟੇ ਵੀ ਨਹੀਂ ਹੁੰਦੇ ਕਿ ਪਤਾ ਨਹੀਂ ਕੀ ਕਾਰਨ ਇਹ ਦੇਖੋ ਸਾਡੇ ਧਨੀਆ ਕਿੰਨਾ ਵਧੀਆ ਧਣੀਆਂ ਜਿਹੜਾ ਘਰੇ ਹੀ ਬਣਾਵਾਂਗੇ ਸਾਫਤਾ ਧਣੀਆਂ ਤੇ ਅੱਜ ਆਪਾਂ ਲੱਗੇ ਆਂ ਜੀ ਘਰ ਦੀ ਗੋਭੀ ਬਣਾਉਣ ਘਰ ਦੀ ਗੋਭੀ ਆ ਜੀ ਬਿਨਾ ਰੇ ਸਪਰੇਅ ਤੋਂ ਬਣਾ ਕੇ ਤਿਆਰ ਕਰਾਂਗੇ ਫੋਲ ਦੇਖੋ ਕਿੱਡੇ-ਕੱਡੇ ਹੋਏ ਵੇ ਆ ਗੋਭੀ ਦੇ ਤੇ ਹੋਰ ਵੀ ਆਪਾਂ ਤੁਹਾਨੂੰ ਸਮਾਨ ਦਿਖਾ ਦਿੰਨੇ ਆ ਘਰ ਦੀ ਗੋਭੀ ਆ ਨਾ ਜਦ ਥੋੜੀ ਜੀ ਸੌਫਟ ਨਰਮ ਹੁੰਦੀ ਹੈ ਖੋਲ ਜਾਂਦੀ ਹੁੰਦੀ ਹੈ ਜਾ ਥੋੜਾ ਜਿਹਾ ਸੇਕ ਵੱਧ ਲੱਗ ਜਾਵੇ ਤਾਂ ਚਲੋ ਆਪਾਂ ਗੋਭੀ ਫੇਰ ਤੋੜਦੇ ਹਾਂ ਫੁੱਲ ਤੇ ਆਪਾਂ ਆ ਵੀ ਜਿਹੜੇ ਆ ਪਹਿਲਾਂ ਗੰਡੇ ਲਾਏ ਹੋਏ ਆ ਦੇਖੋ ਐਤਕੀ ਪਨੀਰੀ ਤਾਂ ਗੰਡਿਆਂ ਦੀ ਬਹੁਤ ਲਾਈ ਆ ਦੇਖਦੇ ਆ ਕਿੰਨੇ ਕੁ ਹੁੰਦੇ ਆ ਇਧਰ ਲਫਾਫੇ ਦੇ ਵਿੱਚ ਵੱਲਾਂ ਲਾਈਆਂ ਹੋਈਆਂ ਕद्दू ਤੋਰੀਆਂ ਦੀਆਂ ਆ ਵੀ ਗੰਡੇ ਆ ਇਧਰ ਸਾਡਾ ਗੋਬਰ ਗੈਸ ਆ ਗਿਆ ਆ ਸਾਰੇ ਗੰਡੇ ਆ ਆ ਬਰੋਕਲੀ ਆ ਬਰੋਕਲੀ ਦੇਖੋ ਕਿੱਡੇ-ਕੱਡੇ ਫੁੱਲ ਹੋ ਗਏ ਆ ਬਹੁਸ਼ਿਆਤੀ ਜਿਹੜੀ ਬਰੋਕਲੀ ਆ ਪੱਕ ਜਾਂਦੀ ਆ ਨਿਸਰ ਜਾਂਦੀ ਆ ਬਰੋਕਲੀ ਬਹੁਤ ਗੁਣਕਾਰੀ ਆ ਸਿਹਤ ਦੇ ਲਈ ਇੱਕ ਇਹ ਵੀ ਤਾਕਤ ਦਾ ਖਜ਼ਾਨਾ ਆ ਜ਼ਰੂਰ ਘਰਾਂ ਦੇ ਵਿੱਚ ਲਗਾਉਣੀ ਚਾਹੀਦੀ ਆ ਤੇ ਲਸਣ ਆ ਇੱਧਰ ਤੇ ਚਲੋ ਜੀ ਫਿਰ ਬਣਾਈਏ ਸਬਜੀ ਗੋਭੀ ਦੀ ਲਓ ਜੀ ਆਪਾਂ ਸਬਜੀ ਕੱਟ ਕੇ ਜਿਹੜੀ ਤਿਆਰ ਕਰ ਲਈ ਆ ਗੋਭੀ ਕੱਟ ਕੇ ਪਾਣੀ ਚ ਭਿਉਂਤੀ ਆ ਤੜਕਾ ਵੀ ਕੱਟ ਲਿਆ ਲਸਣ ਪਿਆਜ਼ ਅਦਰਕ ਦੋ ਟਮਾਟਰ ਕੱਟਨੇ ਆ ਆਲੂ ਕੱਟ ਲੇ ਇਹ ਆਪਾਂ ਡੰਡਲ ਵੀ ਕੱਟਿਆ ਨਾਲ ਡੰਡਲਾਂ ਤੋਂ ਬਿਨਾ ਤਾਂ ਗੋਭੀ ਦੀ ਸਬਜ਼ੀ ਸਵਾਦ ਹੀ ਨਹੀਂ ਲੱਗਦੀ ਸਾਨੂੰ ਤਾਂ ਵੈਸੇ ਪਤਾ ਨਹੀਂ ਕੋਈ ਪਾ ਲੈਂਦਾ ਕੋਈ ਨਹੀਂ ਵੀ ਪਾਉਂਦਾਗਾ ਚਾਰ ਹਰੀਆਂ ਮਿਰਚਾਂ ਮਿਰਚਾ ਕੱਟ ਕੇ ਆਪਾਂ ਜਿਹੜਾ ਟਮਾਟਰ ਕੱਟ ਲਵਾਂਗੇ ਅੱਜ ਆਪਾਂ ਤੁਹਾਡੇ ਨਾਲ ਵੈਸੇ ਇੱਕ ਵਲੌਗ ਦੀ ਤਰ੍ਹਾਂ ਹੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਆ ਕੋਈ ਆਪਾਂ ਸਿੱਖਣ ਸਿਖਾਉਣ ਵਾਲੀ ਕੋਈ ਗੱਲ ਨਹੀਂ ਕੀਤੀ ਕੋਈ ਰੈਸਪੀ ਸिखਾਉਣ ਵਾਲੀ ਨਹੀਂ ਗੀ ਵੈਸੇ ਨੋਰਮਲ ਹੀ ਆ ਜਿਵੇਂ ਆਲੂ ਗੋਭੀ ਆਪਾਂ ਕਾਮਨ ਜੀ ਬਣਾਉਨੇ ਹੁੰਨੇ ਆ ਉਸੇ ਤਰ੍ਹਾਂ ਹੀ ਜਿਹੜੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਟਮਾਟਰ ਕੱਟ ਲਈਏ ਹੋਰ ਸਨਾਵਜੀ ਮੇਰੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਹਾਂਜੀ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੇਰੇ ਜਿਹੜੇ ਸਬਸਕ੍ਰਾਈਬਰ ਆ 2 ਲੱਖ ਹੋ ਗਿਆ ਤੁਹਾਡੀ ਸਪੋਰਟ ਦੇ ਨਾਲ ਕਿੰਨਾ ਸ਼ਬਦਾਂ ਦੇ ਨਾਲ ਜਿਹੜਾ ਮੈਂ ਤੁਹਾਡਾ ਧੰਨਵਾਦ ਕਰਾਂ ਮੇਰੇ ਲਈ ਸ਼ਬਦ ਨਹੀਂਗੇ ਕਿਉਂਕਿ ਤੁਹਾਡੇ ਵੱਲੋਂ ਇੰਨਾ ਪਿਆਰ ਹੌਸਲਾ ਜਿਹੜਾ ਮੈਨੂੰ ਮਿਲਿਆ ਏ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਆ ਮੇਰੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਬਹੁਤ ਹੀ ਪਿਆਰ ਦਿੰਦੇ ਹੋ ਮੇਰੀ ਆਵਾਜ਼ ਨੂੰ ਬਹੁਤ ਸੋਹਣਾ ਜਿਹੜਾ ਤੁਸੀਂ ਕਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਇੱਕ ਸ਼ਬਦ ਜਿਹੜਾ ਇਹ ਬਹੁਤ ਹੀ ਛੋਟਾ ਜਿਹਾ ਸ਼ਬਦ ਦਾ ਧੰਨਵਾਦ ਦਾ ਲਓ ਜੀ ਸਬਜ਼ੀ ਕੱਟ ਲਈ ਆ ਹੁਣ ਆਪਾਂ ਲਾਵਾਂਗੇ ਤੜਕਾ ਤੇ ਇੱਧਰ ਮੈਂ ਜਿਹੜਾ ਲੈ ਲਿਆ ਸਰੋਂ ਦਾ ਤੇਲ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਿਆ ਜੀਰਾ ਪਾ ਲਿਆ ਤੇ ਹੁਣ ਆਪਾਂ ਜਿਹੜਾ ਤੜਕੇ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਹਾਂਜੀ ਇਸੇ ਤਰ੍ਹਾਂ ਤੁਸੀਂ ਮੈਨੂੰ ਆਪਣੇ ਮੇਰੇ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਤੇ ਪਿਆਰ ਜਿਹੜਾ ਦਿੰਦੇ ਰਹੋ ਤੇ ਮੈਂ ਆਪਣੇ ਵਿਵਰਸ ਨੂੰ ਇਹੀ ਕਹਿਣਾ ਚਾਹੂੰਗੀ ਕਿ ਇਹ ਵੀ ਜਿਹੜਾ ਲਾਈਕ ਹੁੰਦਾ ਉਹ ਫ੍ਰੀ ਹੁੰਦਾ ਕਮੈਂਟ ਵੀ ਹੁੰਦਾ ਜਿਹੜਾ ਫ੍ਰੀ ਹੁੰਦਾ ਹੈ ਬਸ ਤੁਹਾਡੇ ਜਿਹੜਾ ਲਾਈਕ ਤੇ ਕਮੈਂਟ ਨਹੀਂ ਹੌਸਲਾ ਮਿਲ ਜਾਂਦਾ ਬਹੁਤ ਜ਼ਿਆਦਾ ਤੇ ਜੇ ਕੋਈ ਮੇਰੀ ਵੀਡੀਓ ਦੇ ਵਿੱਚ ਕੋਈ ਕਮੀ ਹੁੰਦੀ ਆ ਤਾਂ ਮੈਨੂੰ ਜਰੂਰ ਦੱਸਿਆ ਕਰੋ ਤਾਂਕਿ ਜਿਹੜੀਆਂ ਮੈਂ ਆਪਣੀਆਂ ਕਮੀਆਂ ਨੂੰ ਦੇਖਾਂ ਤੇ ਉਹਨਾਂ ਨੂੰ ਸੁਧਾਰਾਂ ਕੱਢ ਤੇ ਆਪਾਂ ਨੂੰ ਜੀ ਹੋਰ ਸਬਸਕ੍ਰਾਈਬਰਾਂ ਦੀ ਲੋੜ ਆ ਇਸੇ ਤਰ੍ਹਾਂ ਆਪਣਾ ਜਿਹੜਾ ਕਿ ਗੋਮਾਟੀ ਨਾਂ ਦੇ ਨਾਲ ਜਿਹੜਾ ਆ ਆਪਾਂ ਨੂੰ ਦੁਨੀਆ ਦੇ ਵਿੱਚ ਆਪਣੀ ਪਛਾਣ ਬਣੇ ਤੁਸੀਂ ਵੱਤਵਾਦ ਸਪੋਰਟ ਕਰੋ ਤੁਹਾਡੀ ਹੈਲਪ ਦੀ ਲੋੜ ਆ ਤੁਹਾਡੀ ਮਦਦ ਦੀ ਲੋੜ ਆ ਬਹੁਤ ਜ਼ਿਆਦਾ ਲੋੜ ਆ ਤੁਹਾਡੀ ਤੁਸੀਂ ਮੇਰੇ ਫੈਮਲੀ ਮੈਂਬਰ ਬਣ ਚੁੱਕੇ ਹੋ 2 ਲੱਖ ਹੋ ਗਏ ਮੇਰੇ ਫੈਮਲੀ ਮੈਂਬਰ YouTube ਦੇ ਲਓ ਜੀ ਆਪਣਾ ਤੜਕਾ ਪੁੱਜ ਗਿਆ ਹਲਦੀ ਗਰਮ ਮਸਾਲਾ ਮਿਰਚ ਨਾਰਮਲ ਜੀ ਬਣਾਵਾਂਗੇ ਸਬਜ਼ੀ ਜੀ ਜ਼ਿਆਦਾ ਆਪਾਂ ਕੋਈ ਮਸਾਲੇਦਾਰ ਨਹੀਂ ਬਣਾਵਾਂਗੇ ਕਾਮਨ ਜੀ ਆਮ ਹੀ ਜਿਹੜੀ ਆਪਾਂ ਘਰਾਂ ਦੇ ਵਿੱਚ ਬਣਾਉਨੇ ਆ ਧਨੀਆ ਪਾਊਡਰ ਨਮਕ ਇਹ ਜੀ ਮੈਂ ਹਿੰਗ ਪਹਿਲਾਂ ਪਾਉਣਾ ਭੁੱਲ ਗਈ ਸੀਗੀ ਇਹਦੇ ਨਾਲ ਜਿਹੜਾ ਵੀ ਟੇਸਟ ਵੀ ਤਕਰੀਬਨ ਵਧੀਆ ਬਣ ਜਾਂਦਾ ਪਰ ਜਿਹੜਾ ਕਈ ਵਾਰੀ ਗੋਭੀ ਦੇ ਨਾਲ ਕੀ ਹੁੰਦਾ ਵੀ ਗੋਭੀ ਇਸ ਤਰ੍ਹਾਂ ਦੀ ਸਬਜ਼ੀ ਆ ਜਿਹੜੀ ਇਹਦੇ ਨਾਲ ਪੇਟ ਦਰਦ ਜਾਂ ਵੀ ਹੋਣ ਲੱਗ ਜਾਂਦਾ ਕਈ ਅਫਰੇਮਾਂ ਵੀ ਹੋ ਜਾਂਦਾ ਸਾਨੂੰ ਗੋਭੀ ਖਾਣ ਦੇ ਨਾਲ ਜਿਹੜਾ ਅਫਰੇਮਾ ਜਾ ਹੋ ਲਾ ਜਾਂਦਾ ਮੰਮੀ ਦੇ ਵੀ ਮੇਰੇ ਵੀ ਜਿਵੇਂ ਗੋਭੀ ਦੀ ਸਬਜ਼ੀ ਆ ਜਿਹੜੀ ਘੱਟ ਹਾਜਮ ਹੁੰਦੀ ਆ ਜੇ ਇਸ ਤਰ੍ਹਾਂ ਨੋਰਮਲ ਜਿਹੀ ਬਣਾ ਲ ਗਏ ਜੇ ਇਹਨੂੰ ਫਰਾਈ ਫਰੂਏ ਕਰਕੇ ਬਣਾ ਲਈਏ ਫਿਰ ਤਾਂ ਠੀਕ ਰਹਿੰਦੀ ਆ ਪਰ ਫਰਾਈ ਵੀ ਸਾਰੇ ਸਦਾ ਫਰਾਈ ਵੀ ਨਹੀਂ ਦਾਲਾਂ ਸਬਜ਼ੀਆਂ ਜਿਹੜੀਆਂ ਜ਼ਿਆਦਾ ਵੀ ਤੜਕੇ ਵਾਲੀਆਂ ਹੈਵੀ ਨਹੀਂ ਖਾਧੀਆਂ ਜਾਂਦੀਆਂ ਲਓ ਜੀ ਆਪਣਾ ਜਿਹੜਾ ਮਸਾਲਾ ਏ ਤੜਕਾ ਭੁੱਜ ਗਿਆ ਏ ਤੇ ਇਹਦੇ ਵਿੱਚ ਆਪਾਂ ਪਾ ਲਈਏ ਗੋਭੀ ਦੇ ਡੰਡਲ ਤੇ ਆਲੂ ਤੇ ਹੁਣ ਆਪਾਂ ਮਿਕਸ ਮਿਕਸ ਕਰਾਂਗੇ ਗੋਭੀ ਤੇ ਸਬਜੀ ਹੈ ਜਿਹੜੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਥੋੜਾ ਆਲੂ ਹਾਂ ਤੇ ਟਾਈਮ ਲੱਗਦਾ ਏ ਹੁਣ ਆਪਾਂ ਗੋਭੀ ਪਾਣੇ ਆ ਗੋਭੀ ਘਰ ਦੀ ਆ ਮੰਮੀ ਨੇ ਜਿਆਦਾ ਹੀ ਚੀਤੀ ਗੋਭੀ ਚਲੋ ਹੌਲੀ ਹੌਲੀ ਮਿਕਸ ਕਰ ਲਵਾਂਗੇ ਸਬਜੀ ਦੇ ਵਿੱਚ ਹਾਂ ਇਹਨੂੰ ਹਿਲਾ ਲਵਾਂਗੇ ਆ ਦੇਖੋ ਗੋਭੀ ਜ਼ਿਆਦਾ ਹੋਗੀ ਗੋਭੀ ਦੇ ਪਰੌਂਠੇ ਜਦੋਂ ਘਰ ਦੀ ਗੋਭੀ ਹੋਵੇ ਕਦੇ ਗੋਭੀ ਦੇ ਪਕੌੜੇ ਕੁਛ ਨਾ ਕੁਛ ਵੀ ਜਿਹੜੀਆਂ ਰੈਸਪੀਆਂ ਬਣੀ ਜਾਂਦੀਆਂ ਖਾਣ ਨੂੰ ਤੇ ਹੁਣ ਲਓ ਜੀ ਆਪਾਂ ਸਬਜ਼ੀ ਨੂੰ ਤਾਂ ਕੱਟ ਲਿਆ ਮਿਕਸ ਤੇ ਇਹਨੂੰ ਆਪਾਂ ਜਿਹੜਾ ਹੁਣ ਟਾਕ ਦਵਾਂਗੇ ਤੇ ਵਿੱਚ ਵਿੱਚ ਦੀ ਜਿਹੜਾ ਆਪਾਂ ਹਿਲਾਉਂਦੇ ਰਵਾਂਗੇ ਦੇਖਦੇ ਰਵਾਂਗੇ ਤੇ ਨਾਲ ਹੀ ਮੇਰੀ ਮੱਖਣੀ ਬਣਾਉਣ ਵਾਲੀ ਪਈ ਆ ਤੇ ਉਹ ਆਪਾਂ ਬਣਾਵਾਂਗੇ ਇਨੋਂ ਪਟਾਕ ਦਿੰਨੇ ਆ ਤੇ ਵਿੱਚ ਦੀ ਦੇਖ ਲਵਾਂਗੇ ਹਲਾ ਲਵਾਂਗੇ ਘਰਸੀ ਦੇ ਨਾਲ ਤੇ ਇੱਧਰ ਆ ਜਿਹੜੀ ਆਪਣੀ ਮਲਾਈ ਆ ਇਹ ਹੈਗੀ ਆ 6-7 ਦਿਨ ਦੀ ਮਲਾਈ ਆ ਇਸ ਨੂੰ ਮੈਂ ਜਿਹੜਾ ਪਾ ਲਿਆ ਸੀਗਾ ਪਾਂਡੇ ਦੇ ਵਿੱਚ ਇਕੱਠਾ ਕਰ ਲਿਆ ਤੇ ਇਹਦੇ ਵਿੱਚ ਦਹੀਂ ਦੀ ਇੱਕ ਕੌਲੀ ਪਾ ਕੇ ਗਰਮ ਪਾਣੀ ਪਾ ਕੇ ਤੇ ਮਲਾਈ ਨੂੰ ਜਿਹੜਾ ਮੈਂ ਜੰਮਣ ਲਈ ਰੱਖਤਾ ਸੀਗਾ ਫਿਰ ਆਇਆ ਵੀ ਇਹਦੀ ਲੱਸੀ ਆ ਜਿਹੜੀ ਪੀਣ ਦੇ ਲਈ ਬਣ ਜੂਗੀ ਖੱਟੀ ਲੱਸੀ ਤੇ ਹੁਣ ਆਪਾਂ ਜਿਹੜਾ ਇਹਨੂੰ ਮੱਖਣੀ ਬਣਾਵਾਂਗੇ ਇਹਦੇ ਵਿੱਚ ਮੈਂ ਜਿਹੜਾ ਨਾਰਮਲ ਜਿਹਾ ਪਾਣੀ ਪਾ ਲਿਆ ਨਾ ਜ਼ਿਆਦਾ ਠੰਡਾ ਨਾ ਗਰਮ ਵੈਸੇ ਵੀ ਹੁਣ ਮੌਸਮ ਜਿਆ ਬਦਲ ਗਿਆ ਗਰਮ ਪਾਣੀ ਤਾਂ ਪੈਂਦਾ ਨੀਗਾ ਤੇ ਮੱਖਣੀ ਜਿਹੜੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਣੀ ਆ ਵੈਸੇ ਪਹਿਲਾਂ ਪਹਿਲਾਂ ਤਾਂ ਬਣਾਉਂਦੇ ਹੁੰਦੇ ਮਧਾਨੀ ਨਾ ਹੁਣ ਮਧਾਨੀ ਵਾਲਾ ਕੰਮ ਤਾਂ ਜਿਹੜਾ ਖਤਮ ਹੋ ਗਿਆ ਜਾਂ ਤਾਂ ਫਿਰ ਮੈਕਸੀ ਜਗ ਚ ਪਾ ਕੇ ਮੱਖਣੀ ਬਣਾ ਲੈਂਦੇ ਆ ਜਾਂ ਫਿਰ ਇਹਦੇ ਨਾਲ ਵੀ ਹਾਂਡੀ ਦੇ ਨਾਲ ਵੀ ਜਿਹੜਾ ਬਣਾਈ ਜਾਂਦੀ ਆ ਲਓ ਜੀ ਮੱਖਣੀ ਬਣ ਕੇ ਹੋ ਗਈ ਆਪਣੀ ਤਿਆਰ ਤੇ ਨਾਲ ਆਪਾਂ ਬਣਾ ਲਈ ਲੱਸੀ ਤੇ ਉਧਰ ਆਪਣੀ ਸਬਜ਼ੀ ਆ ਜਿਹੜੀ ਉਹ ਬਣੀ ਜਾਂਦੀ ਆ ਆ ਦੇਖੋ ਮੱਖਣੀ ਬਹੁਤ ਬਣ ਗਈ ਆ 6-7 ਦਿਨ ਦੀ ਮਲਾਈ ਸੀ ਇਕੱਠੀ ਕੀਤੀ ਹੋਈ ਤੇ ਕੁਛ ਖਾਨ ਨੂੰ ਮਲਾ ਮਖਣੀ ਰੱਖ ਲਵਾਂਗੇ ਸਬਜ਼ੀ ਚ ਦਾਲ ਸਬਜ਼ੀ ਚ ਪਾਉਣ ਦੇ ਲਈ ਮਖਣੀ ਕੁਛ ਰੱਖਾਂਗੇ ਕੁਛ ਜਿਹੜਾ ਇਹਨੂੰ ਗਰਮ ਕਰਕੇ ਇਹਦਾ ਘਿਓ ਬਣਾ ਲਵਾਂਗੇ ਘਿਓ ਕੱਢ ਲਾਂਗੇ ਕਰਦਾ ਹੀ ਘਿਓ ਬਣਾ ਲਈਦਾ ਲੋ ਜੀ ਹੁਣ ਆਪਾਂ ਜਿਹੜਾ ਇਹਨੂੰ ਸਾਫ਼ ਕਰ ਦਿੰਨੇ ਆਂ ਵੈਸੇ ਤਾਂ ਮਲਾਈ ਤੋਂ ਮੱਖਣੀ ਉਹਦਾ ਹੀ ਬਣਾ ਕੇ ਤੇ ਜਿਹੜਾ ਉਹਦੇ ਵਿੱਚੋਂ ਦੁੱਧ ਨਿਕਲਦਾ ਉਹਦਾ ਪਨੀਰ ਬਣਾ ਲੈਂਦੇ ਹੁੰਦੇ ਆ ਜਾਂ ਮਲਾਈ ਨੂੰ ਸਿੱਧਾ ਹੀ ਜਿਹੜਾ ਵੀ ਗਰਮ ਕਰਕੇ ਘਿਓ ਬਣਾ ਲੈਂਦੇ ਆ ਫੈਂਟ ਕੇ ਪਰ ਇਹ ਆ ਵੀ ਚਲੋ ਲੱਸੀ ਪੀਣ ਦੇ ਲਈ ਬਣ ਜਾਂਦੀ ਆ ਖੱਟੀ ਲੱਸੀ ਉਹਨੂੰ ਜਾਗ ਲਾ ਦੇ ਇਹਦਾ ਮਲਾਈ ਇਕੱਠੀ ਕਰਕੇ ਦਹੀਂ ਪਾ ਦੇ ਇਹਦਾ ਵਿੱਚ ਤੇ ਗਰਮ ਪਾਣੀ ਪਾ ਦੇ ਇਹਦਾ ਜਦੋਂ ਹੁਣ ਗਾਂਹ ਗਰਮੀ ਜ਼ਿਆਦਾ ਆ ਜੂ ਮੌਸਮ ਆਜੂ ਫੇਰ ਗਰਮ ਪਾਣੀ ਪਾਉਣ ਦੀ ਵੀ ਨਹੀਂ ਲੋੜ ਰਹਿੰਦੀ ਹੁਣ ਥੋੜਾ ਠੰਡ ਜੀ ਕਰਕੇ ਆਏ ਆ ਵੀ ਮਲਾਈ ਆ ਜਿਹੜੀ ਉਹ ਦਹੀਂ ਦੀ ਵਾਂਗੂ ਜੰਮ ਜਾਂਦੀ ਆ ਫਿਰ ਆ ਦੇਖੋ ਕਿੰਨੀ ਮੱਖਣੀ ਬਣ ਗਈ ਆਪਣੀ ਇਹ ਮੈਨੂੰ ਦੋ ਭਾਂਡਿਆਂ ਦੇ ਵਿੱਚ ਹੀ ਕੱਢਣੀ ਪੈਣੀ ਆ ਬਾਅਦ ਵਿੱਚ ਜਿਹੜਾ ਆਪਾਂ ਇਹਨੂੰ ਪਾਣੇ ਦੇ ਨਾਲ ਵੀ ਮੱਖਣੀ ਨੂੰ ਇੱਕ ਦੋ ਵਾਰ ਵਾਸ਼ ਕਰ ਲਾਂਗੇ ਖੱਟਾ ਪਾਣੀ ਜਿਹੜੀ ਖੱਟੀ ਲੱਸੀਆ ਵਿੱਚੋਂ ਕੱਢ ਦਵਾਂਗੇ ਪਹਿਲਾਂ ਮੈਂ ਜਿਹੜਾ ਮੱਖਣੀ ਕੱਲੀ ਕੱਢ ਲੈਣੀ ਭਾਂਡੇ ਦੇ ਵਿੱਚ ਜੇ ਇੱਕ ਦੋ ਪਾਣੀਆਂ ਦੇ ਨਾਲ ਮੱਖਣੀ ਨੂੰ ਧੋਲ ਗਏ ਜਿਹੜੀ ਉਹ ਖੱਟੀ ਨਹੀਂ ਰਹਿੰਦੀਗੀ ਫਿਰ ਖਰਾਬ ਵੀ ਨਹੀਂ ਹੁੰਦੀਗੀ ਤੇ ਵਿੱਚੋਂ ਲੱਸੀ ਆ ਜਿਹੜੀ ਨਿਕਲ ਜਾਂਦੀ ਆ ਘਿਓ ਬਣਾਉਣਾ ਜਿਹੜਾ ਸੌਖਾ ਹੋ ਜਾਂਦਾ ਟੇਸਟ ਵੀ ਨਹੀਂ ਖਰਾਬ ਹੁੰਦਾਗਾ ਲੋ ਜੀ ਹੁਣ ਆਪਾਂ ਕੁਛ ਘਿਓ ਬਣਾ ਲਾਂਗੇ ਕੁਛ ਖਾਣ ਲਈ ਰੱਖ ਲਵਾਂਗੇ ਆਪਾਂ ਦੋ ਭਾਂਡਿਆਂ ਦੇ ਵਿੱਚ ਮੱਖਣੀ ਕੱਢ ਲਈ ਆ ਇਨੂੰ ਬਾਅਦ ਵਿੱਚ ਧੋ ਰਾਂਗੇ ਪਾਣੀ ਦੇ ਨਾਲ ਤੇ ਇੱਧਰ ਆਪਣੀ ਇਹ ਲੱਸੀ ਬਣ ਗਈ ਖੱਟੀ ਲੱਸੀ ਪੀਣ ਦੇ ਲਈ ਸ਼ਾਸ਼ ਹਿੰਦੀ ਦੇ ਵਿੱਚ ਕਹਿ ਦਿੰਦੇ ਆ ਸ਼ਾਸ਼ ਲੂਣ ਪਾ ਕੇ ਖੰਡ ਪਾ ਕੇ ਪੀ ਲਓ ਲਓ ਜੀ ਸਬਜੀ ਨੂੰ ਜਿਹੜਾ ਇੱਕ ਦੋ ਵਾਰ ਵਿੱਚ ਨਹੀਂ ਮੈਂ ਦੇਖ ਲਿਆ ਸੀ ਹਲਾ ਲਿਆ ਸੀਗਾ ਤੇ ਸਬਜੀ ਜਿਹੜੀ ਬਣ ਕੇ ਹੋ ਗਈ ਰੈਡੀ ਤਿਆਰ ਖਾਣ ਦੇ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਕੱਟਿਆ ਹੋਇਆ ਧਨੀਆ ਹਰਾ ਧਨੀਆ ਤੇ ਪੀਲੀ ਪੀਲੀ ਸਬਜੀ ਕਲਰਫੁਲ ਬਣਗੀ ਖੂਬ ਸਾਰਾ ਧਨੀਆ ਘਰ ਦਾ ਧਨੀਆ ਘਰ ਦੀ ਚੀਜ਼ ਤਾਂ ਖੁੱਲੀ ਖੁੱਲੀ ਹੀ ਵਰਤੀ ਜਾਂਦੀ ਆ ਤੇ ਸਬਜੀ ਆਪਣੀ ਬਣ ਕੇ ਤਿਆਰ ਤੇ ਹੁਣ ਆਪਣੀ ਹੋਗੀ ਰੋਟੀ ਦੀ ਤਿਆਰੀ ਰੋਟੀ ਤਾਂ ਆਪਾਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਨਹੀਂ ਕਰਨੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਨਾਲੇ ਆਪਾਂ ਸਬਜ਼ੀ ਬਣਾ ਲਈ ਖੱਟੀ ਲੱਸੀ ਬਣਾ ਲਈ ਨਾਲ ਚਲੋ ਠੀਕ ਆ ਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ